ਹੈ ਸਾਡੇ ਕੁਝ ਲੋਕਾਂ ਤੇ ਰਾਮ ਰਾਜ ਦਾ ਭੂਤ ਸਵਾਰ ਹੋਇਆ ਉਹ ਇਹ ਤਿਆਰ ਰਹਿਣ ਵੀ ਮੰਨੂਵਾਦੀ ਜਦੋਂ ਮੰਨੂਵਾਦੀ ਗੱਲ ਆਈ ਤੇ ਫਿਰ ਤੁਹਾਡੇ ਕੰਨਾਂ 'ਚ ਢਾਲ ਕੇ ਸਿੱਕੇ ਵੀ ਪਾਏ ਜਾਣਗੇ ਬਿਲਦਿਆ ਉਹਨਾਂ ਨੂੰ ਆਪਣਾ ਗਿਆਨ ਆਪਣੇ ਤਕਸੀਮਤ ਰੱਖਣਾ ਚਾਹੀਦਾ ਜੇ ਉਹਨਾਂ ਨੂੰ ਬਹੁਤਾ ਚੰਗਾ ਲੱਗਦਾ ਤੇ ਉਹ ਚਲੇ ਜਾਣ ਉੱਥੇ ਆਪਣਾ ਕਰ ਲੈਣ ਉਹ ਧਰਮ અપਨਾ ਲੈਣ ਦੇ ਰਾਹ ਤੋੜ ਰਹੇ ਆ ਇਹੋ ਜਿਹੇ ਮਨ ਘੜਤ ਤਸਬੀਹਾਂ ਦੇ ਕੇ ਬਿਲਕੁਲ ਜੀ ਬਿਲਕੁਲ ਕੁਝ ਲੋਕਾਂ ਨੂੰ ਜਾਣਬੁੱਝ ਕੇ ਕੁਛੜ ਚੜਨ ਦੀ ਆਦਤ ਪਈ ਹੋਈ ਆ ਉਹ ਕੁਛੜ ਚੜਨਾ ਚੜਨਾ ਚਾਹੁੰਦੇ ਆ ਜਾ ਜਾ ਕੇ ਇਹ ਇਸ ਕਰਕੇ ਸਾਡੇ ਜਿਹੜੇ ਗਮਰਾਹ ਹੋਏ ਵੀਰ ਆ ਜਾਂ ਲਾਲਚਵਾਸ ਹੋਏ ਵੀਰ ਆ ਉਹਨਾਂ ਨੂੰ ਠੰਡੇ ਪਾਣੀ ਤੇ ਨਹਾ ਕੇ ਸੋਚਣਾ ਚਾਹੀਦਾ ਵੀ ਧੱਕੇ ਨਾਲ ਕਿਸੇ ਤੇ ਠੋਪਣ ਦੀ ਲੋੜ ਨਹੀਂ ਹੈਗੀ ਤੇ ਧੱਕੇ ਨਾਲ ਕਿਸੇ ਦੇ ਵਿੱਚ ਜਾ ਕੇ ਵੜਨ ਦੀ ਲੋੜ ਨਹੀਂ ਹੈਗੀ ਤੇ ਆਪਣਾ ਗਿਆਨ ਜਿਹੜੇ ਲੋਕ ਇਹ ਕਰ ਫਿਰ ਇਸ ਧਰਮ ਇਸ ਗੁਰੂ ਨਾਨਕ ਸਾਹਿਬ ਦੇ ਕਲਗੀਧਰ ਪਾਤਸ਼ਾਹ ਦੇ ਨਿਰਮਲ ਨਿਆਰੇ ਪੰਥ ਦੇ ਉੱਤੇ ੱੱਬਾ ਨਾ ਬਣਨ ਤੇ ਪੂਰੀ ਕਾਮ ਦਾ ਸਰਨੀਮਾ ਨਾ ਕਰਨਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਤੁਹਾਨੂੰ ਰੋਜ਼ ਨਵੇਂ ਪ੍ਰਚਾਰਕ ਦੇ ਨਾਲ ਰੋਜ਼ ਨਵੀਂ ਸ਼ਖਸੀਅਤ ਦੇ ਨਾਲ ਮਲਾਉਂਦੇ ਆ ਸੋ ਅਸੀਂ ਅੱਜ ਪਿੰਡ ਖੋਸੇ ਦੇ ਵਿੱਚ ਪਹੁੰਚਿਆ ਜੋ ਕਿ ਕਪੂਰਥਲਾ ਦੇ ਬਿਲਕੁਲ ਨਜ਼ਦੀਕ ਹੈ ਜੋ ਜਲੰਧਰ ਦੇ ਵਿੱਚ ਪੈਂਦਾ ਹੈ ਸੋ ਸਾਡੇ ਨਾਲ ਕੌਮ ਦੇ ਆਗੂ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਦੇ ਕੋਲ ਅੱਜ ਪਹੁੰਚੇ ਆ ਅੱਜ ਵੱਡੇ ਵੱਡੇ ਖਲਾਸੇ ਲੈ ਕੇ ਗੱਲ ਲੈ ਕੇ ਤੁਹਾਨੂੰ ਸੁਣਾਉਣ ਜਾ ਰਿਹਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾਓ ਹਾਂਜੀ ਗੱਲਬਾਤ ਕਰਦੇ ਆਂ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਜਿਸ ਤਰ੍ਹਾਂ ਮੈਂ ਗੱਲਬਾਤ ਕਰ ਰਿਹਾ ਸੀ ਤੁਹਾਡਾ ਨਾਮ ਲੱਗਦਾ ਮੈਂ ਲਿਆ ਕਿ ਨਹੀਂ ਲਿਆ ਤੁਸੀਂ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਤੇ ਜਥੇਬੰਦੀ ਵੀ ਦੱਸ ਦੋ ਸੁਖਜੀਤ ਸਿੰਘ ਖੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਜੀ ਤੇ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਖੜਾ ਹੋਇਆ ਸੀਗਾ ਤੁਸੀਂ ਮੀਡੀਆ ਤੇ ਸੁਣਿਆ ਵੀ ਹੋਵੇਗਾ ਕਿ ਜਿਸ ਤਰ੍ਹਾਂ रामचंद्र ਦਾ ਯੁੱਧਿਆ ਦੇ ਵਿੱਚ ਅਦਗਟਨ ਵੀ ਕੀਤਾ ਗਿਆ ਉਸ ਨੂੰ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਬਾਬਾ ਬੰਤਾ ਸਿੰਘ ਹੋਰਾਂ ਦੇ ਕੋਲੋਂ रामचंद्र ਦੇ ਕੁਝ ਉਹਨਾਂ ਨੇ ਕਥਾ ਦੇ ਵਿੱਚ ਉਹਨਾਂ ਦੇ ਬਿਆਨ ਵੀ ਕਰਦੇ ਆ ਤੇ ਕੁਛ ਉਹਨਾਂ ਦੀ ਸੋਸ਼ਲ ਮੀਡੀਆ ਤੇ ਬੰਗਲਾ ਸਾਹਿਬ ਦੀ ਵੀਡੀਓ ਪੁਰਾਣੀ ਹੈ ਕਿ ਨਵੀਂ ਹੈਗੀ ਹੈ ਜੀ ਉਹ ਕੌਮ ਦੇ ਵਿੱਚ ਬਹੁਤ ਇੱਕ ਵੱਡਾ ਵਿਵਾਦ ਉੱਠਿਆ ਹੈ ਜੀ ਇਹਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈਗਾ ਜੀ ਕਿ ਗੁਰੂ ਨਾਨਕ ਸਾਹਿਬ ਹੈਗੇ ਨੇ ਸਿੱਖਾਂ ਦੇ ਪਹਿਲੇ ਗੁਰੂ ਹੈਗੇ ਨੇ ਜੀ ਤੇ ਲੋਕਾਈ ਦੇ ਗੁਰੂ ਨੇ ਜੀ ਸਭ ਤੋਂ ਵੱਡਾ ਸਵਾਲ ਹੈਗਾ ਕਿ ਜਦੋਂ ਬਾਬਾ ਬੰਤਾ ਸਿੰਘ ਇਹ ਗੱਲ ਕਰਦੇ ਵੀ ਜਿਵੇਂ ਰਾਮਚੰਦਰ ਹੈਗੇ ਸੀਗੇ ਰਾਮਚੰਦਰ ਵਿਸ਼ਨੂ ਹੈਗੇ ਸੀਗੇ ਸ਼ਿਵ ਜੀ ਹੈਗੇ ਸੀਗੇ ਕਹਿੰਦੇ ਜੋ ਜੋਤ ਉਹਨਾਂ ਦੇ ਵਿੱਚ ਸੀ ਸੇਮ ਜੋਤ ਗੁਰੂ ਡਾਨਕ ਦੇ ਵਿੱਚ ਹੈਗੀ ਹੈ ਸੋ ਇਸ ਵੱਡੇ ਵਿਵਾਦ ਜੋ ਉੱਠਿਆ ਹੈਗਾ ਤੁਹਾਨੂੰ ਕਿਵੇਂ ਲੱਗਦਾ ਦੇਖੋ ਜੀ ਹਰ ਇੱਕ ਜਿਹੜੇ ਸੰਪਰਦਾਇ ਵੀਰ ਹੈਗੇ ਆ ਨਾ ਜੀ ਉਹਨਾਂ ਦਾ ਸੋਚਣ ਦਾ ਨਜ਼ਰੀਆ ਵੱਖਰਾ ਜੀ ਜੀ ਸਾਰੇ ਸੰਪਰਦਾਇ ਨਹੀਂ ਇਹ ਸੋਚਦੇ ਹੈਗੇ ਕੁਝ ਲੋਕ ਇਹੋ ਜੀ ਗੱਲ ਸੋਚਦੇ ਆ ਜੀ ਕਿ ਸਿੱਖ ਜਿਹੜੇ ਆ ਇਹ ਲਵ ਕੁਛ ਦੀ ਲਾਦਾ ਹਮ ਮੈਨੂੰ ਲੱਗਦਾ ਉਸੇ ਕਨਸੈਪਟ ਵਿੱਚ ਜਿਹੜੇ ਪ੍ਰਚਾਰਕ ਦਾ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਨੇ ਗੱਲ ਕੀਤੀ ਆ ਜੀ ਜੀ ਪਰ ਇਹ ਜੇ ਹਾ ਨਹੀਂ ਹੈ ਹਮ ਕਿਉਂਕਿ ਸਤਗੁਰ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੀ ਆਪਾਂ ਘਟਨਾ ਲੈ ਲਈਏ ਜੇ ਸਤਗੁਰ ਪਾਤਸ਼ਾਹ ਇਹਨਾਂ ਦੀ ਅਨਸਬੰਦ ਹੂੰ ਤੇ ਫਿਰ ਉਹ 9 ਸਾਲ ਦੀ ਉਮਰ ਵਿੱਚ ਜਨੇਊ ਦਾ ਖੰਡਨ ਕਿਉਂ ਕਰਦੇ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜਦੋਂ ਪਾਉਂਦੇ ਨੇ ਇੱਕ ਉਹਨਾਂ ਦੇ ਪਰਿਵਾਰ ਨੇ ਇੱਕ ਰਸਮ ਜਿਹੜੀ ਪਿਤਾਪੁਰ ਕੀ ਚੱਲੀ ਆਉਂਦੀ ਰਸਮ ਨੂੰ ਅਜੋਜਿਤ ਕੀਤਾ ਗਿਆ ਘਰ ਚ ਕੇ ਬੱਚਾ 8-9 ਸਾਲ ਦਾ ਹੋ ਗਿਆ ਹੁਣ ਇਹਨੂੰ ਆਪਾਂ ਧਰਮ ਚ ਪ੍ਰਵੇਸ਼ ਕਰਨਾ ਪੜਨਾ ਪਾ ਦੀ ਉੱਥੇ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਤਸ਼ਾਹ ਨੇ ਇੱਕ ਵੱਡਾ ਸਵਾਲ ਕੀਤਾ ਸੀਗਾ ਜਿਹੜਾ ਅੱਜ ਸਾਡੇ ਲੋਕ ਇਸ ਗੱਲ ਨੂੰ ਅਵਾਰ ਨਹੀਂ ਰਹੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਬੇਬੇ ਜੀ ਬੇਬੇ ਤੋਂ ਭਾਉ ਭੈਣ ਨਾਨਕੀ ਜੀ ਮੇਰੇ ਤੋਂ ਵੱਡੇ ਆ ਤੇ ਜੇ ਮੇਰਾ ਧਰਮ ਚ ਪ੍ਰਵੇਸ਼ ਕਰਨਾ ਜ਼ਰੂਰੀ ਆ ਤਾਂ ਫਿਰ ਇਹਨਾਂ ਦੇ ਕਿਉਂ ਨਹੀਂ ਤੇ ਉੱਥੇ ਫਿਰ ਨਿਰੁੱਤਰ ਹੋ ਜਾਂਦੇ ਆ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਚਲੋ ਜੇ ਇਸ ਗੱਲ ਦਾ ਵੀ ਤੁਹਾਡੇ ਕੋਲ ਜਵਾਬ ਨਹੀਂ ਤੇ ਫਿਰ ਹੁਣ ਜਿਹੜਾ ਤੁਸੀਂ ਜਨੇਊ ਮੇਰੇ ਗੱਲ ਪਾਉਂਗੇ ਇਹ ਦੀ ਗਰੰਟੀ ਕੀ ਹੈ ਕਿ ਇਹ ਗਲੂਗਾ ਨਹੀਂ ਇਹ ਸੜੂਗਾ ਨਹੀਂ ਇਹ ਟੁੱਟੂਗਾ ਨਹੀਂ ਇਹਨੂੰ ਮਿੱਟੀ ਨਹੀਂ ਲੱਗੂਗੀ ਗੁਰੂ ਨਾਨਕ ਮਰ ਸੱਚੇ ਪਾਤਸ਼ਾਹ ਨੇ ਗੁਰਬਾਣੀ 'ਚ ਵੀ ਲਿਖਿਆ ਦਇਆ ਕਪਾ ਸੰਤੋਖ ਸੂਤ ਜਤ ਕਰਨ ਗੰਢੀ ਸੱਟ ਵਟ ਇਹ ਜਨੇਊ ਜੀਕਾਰ ਹੈ ਤਾਂ ਪੰਡੇ ਘੱਤ ਬਿਲਕੁਲ ਜੀ ਉੱਥੇ ਫਿਰ ਕਲੀਅਰ ਹੋ ਜਾਂਦਾ ਕਿ ਅਸੀਂ ਕੋਈ ਇਹ ਵੰਛਵਾਦ ਨਹੀਂ ਹੈਗਾ ਸਾਡੇ ਚ ਸਾਡੇ ਚ ਸਿਧਾਂਤਵਾਦ ਆ ਬਿਲਕੁਲ ਜੀ ਫਿਰ ਏਸੇ ਜਿਹੜੀ ਕਨਸੈਪਟ ਆ ਉਹਨੂੰ 1699 ਦੀ ਵਿਸਾਖੀ ਵਿੱਚ ਜਦੋਂ ਖੰਡੇ ਬਾਟੇ ਦੀ ਪੌਲ ਚਕਾਈ ਗਈ ਆ ਹਾਂਜੀ ਸਿੱਖਾਂ ਦੇ ਸਿਰ ਲੈ ਕੇ ਸੱਚੇ ਪਾਤਸ਼ਾਹ ਨੇ ਉਹ ਜਿਹੜਾ ਸਾਰਾ ਦੁਨੀਆ ਦੇ ਸਾਹਮਣੇ ਬਲੱਖਣਤਾ ਪ੍ਰਗਟ ਕੀਤੀ ਆ ਤੇ ਉਸ ਦਿਨ ਵੰਛਵਾਦ ਖਤਮ ਹੋ ਗਿਆ ਬਿਲਕੁਲ ਜੀ ਹੁਣ ਸਾਡੇ ਲੋਕ ਕੁਝ ਲੋਕ ਭੁੱਲੜ ਵੀਰ ਜਿਹੜੇ ਇਹ ਗੱਲ ਕਰ ਰਹੇ ਆ ਕਿ ਗਰਬਾਣੀ ਵਿੱਚ ਹੁਣ ਕੁਝ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਨਾ ਉਹ ਕਹਿੰਦੇ ਜੀ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਬਿਲਕੁਲ ਜੀ ਹੁਣ ਉਹਨਾਂ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ ਕਿ ਜਿਹੜਾ ਸਭੇ ਘਟ ਹਮ ਸਭੇ ਘਟ ਹਰ ਘਟ ਵਿੱਚ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਪੱਤੇ ਆ ਬਨਸਪਤੀ ਆ ਬਿਲਕੁਲ ਜੀ ਫੁੱਲ ਫੁਆਲਿਆ ਹਰ ਦੇ ਵਿੱਚ ਰਮਿਆ ਹੋਇਆ ਰਾਮ ਆ ਉਸ ਰਮੇ ਹੋਏ RAM ਦੀ ਗੱਲ ਕੀਤੀ ਹੈ ਗਰਬਾਣੀ ਵਿੱਚ ਤੂੰ ਤੈਨੂੰ ਬਣਾਉਣ ਵਾਲਾ ਹਾਂ ਜਿਹੜਾ ਜਿਸ ਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ ਭਾਵੇਂ ਕਿ ਜਿਹਨੂੰ ਸੱਚੇ ਪਾਤਸ਼ਾਹ ਨੇ ਕਿਹਾ ਇੱਕ ਓੰਕਾਰ ਆਕਾਰ ਰਹਿਤ ਪਰਮਾਤਮਾ ਬਿਲਕੁਲ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਿਲਕੁਲ ਜੀ ਜਿਹੜਾ ਅਕਾਰ ਤੋਂ ਰਹਿ ਤਿਆ ਹੂੰ ਡਰ ਤੋਂ ਰਹਿ ਤਿਆ ਭੈ ਤੋਂ ਰਹਿ ਤਿਆ ਤੇ ਜਿਹੜਾ ਸਦਾ ਹੀ ਸੱਚ ਆ ਬਿਲਕੁਲ ਜੀ ਸਾਡੇ ਜੰਮਣ ਤੋਂ ਪਹਿਲਾਂ ਵੀ ਸੀ ਹੂੰ ਜਦੋਂ ਅਸੀਂ ਹੈਗੇ ਆ ਉਦੋਂ ਵੀ ਹੋਵੇਗਾ ਹੈਗਾ ਤੇ ਜਦੋਂ ਅਸੀਂ ਨਹੀਂ ਹੋਵਾਂਗੇ ਉਦੋਂ ਵੀ ਹੋਵੇਗਾ ਬਿਲਕੁਲ ਜੀ ਤੇ ਹਰ ਘਟ ਦੇ ਵਿੱਚ ਰਮਿਆ ਹੋਇਆ ਸਭੇ ਘਟ ਰਾਮ ਬੋਲੇ ਹੁਣ ਇੱਥੇ ਜਿਹੜੇ ਜਿਹਦੇ ਮੰਦਰ ਦੀ ਇਹ ਘਟਨ ਹੋਇਆ ਉਹ ਦਸ਼ਰਥ ਦਾ ਬੇਟਾ ਰਾਮ ਆ ਹਾਂਜੀ ਜਿਹਦੇ ਵਾਸਤੇ ਮਹਾਰਾਜ ਨੇ ਕਿਹਾ ਰਾਮ ਗयो ਬਿਲਕੁਲ ਚਲੇ ਗਏ ਕਈ ਇੱਥੇ ਰਾਮ ਗਏਓ ਆ ਰਾਵਣ ਗਏਓ ਜਾਂ ਕੋ ਬੋ ਪਰਿਵਾਰ ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸੀ ਉਹ ਵੀ ਇੱਥੋਂ ਚਲੇ ਗਏ ਭਾਵ ਕੇ ਫਿਰ ਜਿਹੜਾ ਸਿੱਖਾਂ ਦਾ ਰਾਮ ਆ ਜਿਹੜਾ ਜਿਹਨੂੰ ਸਿੱਖ ਰਾਮ ਮੰਨਦੇ ਆ ਅਕਾਲ ਪੁਰਖ ਉਹ ਤਾਂ ਮਰਦਾ ਹੀ ਨਹੀਂ ਅਕਾਲ ਮੂਰਤ ਉਹ ਕਾਲ ਤੋਂ ਰਹਿ ਤਿਆ ਉਹਨੂੰ ਕਾਲ ਦਾ ਡਰ ਹੀ ਨਹੀਂ ਤੇ ਜਿਹੜੇ ਰਾਮ ਦੀ ਇਹ ਗੱਲ ਕਰਦੇ ਆ ਉਹ ਰਾਮ ਤੇ ਮਰਿਆ ਵਾ ਉਹ ਤਾਂ ਅਗਿਆਨ ਸੰਸਾਰ ਤੋਂ ਇੱਥੇ ਤਾਂ ਕਈਆਂ ਨੂੰ ਇਹ ਗੱਲ ਚੁਵੇਗੀ ਇੱਥੇ ਤਾਂ ਸਿੱਖਾਂ ਦੇ ਜਿਹੜੇ 10 ਗੁਰੂ ਆ ਹੂੰ ਹੂੰ ਉਹ ਵੀ ਜਨਮ ਮਰਨ ਵਿੱਚ ਆਏ ਆ ਆਏ ਆ ਸੰਸਾਰ ਤੇ ਪੈਦਾ ਹੋਇਆ ਪਰ ਜਿਹੜਾ ਅਕਾਲ ਪੁਰਖ ਆ ਹੂੰ ਜਿਹਦੀ 10 ਗੁਰੂ ਸਾਹਿਬਾਨ ਨੇ ਆਪ ਵੀ ਰੱਦਨਾ ਕੀਤੀ ਤੇ ਸਿੱਖਾਂ ਨੂੰ ਵੀ ਕਿਹਾ ਤੁਸੀਂ ਵੀ ਉਸ ਅਕਾਲ ਪੁਰਖ ਜਿਹੜਾ ਆਕਾਰ ਤੋਂ ਰਹਿਤ ਆ ਬਿਲਕੁਲ ਜੀ ਜਿਹੜਾ ਸਦਾ ਰਹਿਣ ਵਾਲਾ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੇ 10 ਗੁਰੂ ਸਾਹਿਬਾਨ ਨੇ ਸਾਨੂੰ ਉਸ ਅਕਾਲ ਪੁਰਖ ਦੇ ਲੜ ਲਾਇਆ ਬਿਲਕੁਲ ਜੀ ਫਿਰ ਹੋਰ ਵੀ ਗੱਲ ਕਲੀਅਰ ਹੋ ਜਾਂਦੀ ਆ ਰੋਵੇ RAM ਨਕਾਲਾ ਭਇਆ ਸੀਤਾ ਲਕਸ਼ਮਣ ਵਿਛੜ ਗਿਆ ਹੂੰ ਰੋਵੇ RAM ਕਿਹੜਾ RAM ਫਿਰ ਜਿਹੜਾ ਰਮਿਆ ਹੋਇਆ RAM ਉਹ ਤਾਂ ਰੋਂਦਾ ਹੀ ਨਹੀਂ ਉਹ ਤਾਂ ਰੋਂਦਾ ਹੀ ਨਹੀਂ ਬਕਤ ਉਹਨੂੰ ਉਹਨੂੰ ਸੋਗ ਹੀ ਨਹੀਂ ਉਹਨੂੰ ਕੋਈ ਰੋਗ ਨਹੀਂ ਉਹਨੂੰ ਕੋਈ ਡਰ ਨਹੀਂ ਉਹਨੂੰ ਕੋਈ ਭੈ ਨਹੀਂ ਜੀ ਜੀ ਤੇ ਇਸ RAM ਨੂੰ ਤੇ ਆਪਣੀ ਔਰਤ ਦੇ ਜਾਣ ਦਾ ਵਿਯੋਗ ਵੀ ਸੀ ਆਪਣਾ ਰਾਜ ਵਿਛੜਨ ਦਾ ਵਿਯੋਗ ਵੀ ਸੀ ਹੂੰ ਤੇ ਰੋਇਆ ਰੋਵੇ RAM ਨਿਕਾਲਾ ਪਿਆ ਜਦੋਂ ਉਹ ਉਹਦੋਂ ਨਕਾਲੇ ਤੋਂ ਭਾਵ ਦੇਸ਼ਨ ਕਾਲਾ ਦਿੱਤਾ ਹੂੰ ਉਹਦੇ ਪਿਓ ਨੇ ਕਿਹਾ ਵੀ ਚੱਲ ਤੈਨੂੰ ਬਨਵਾਸ ਦਿੱਤਾ 14 ਸਾਲ ਤੂੰ ਵੜਨਾ ਨਹੀਂ ਇੱਥੇ ਉਹਨੂੰ ਨਕਾਲਾ ਭਲਾ ਕਿਉਂ ਦਿੱਤਾ ਸੀਗਾ ਜੀ ਛੋੜਾ ਛੋਟਾ ਜਨ ਲੈ ਲੋ ਸਭ ਮਤਲਬ ਉਹ ਉਹ ਸਭ ਆਪਾਂ ਲੰਮੇ ਕਨਸੈਪਟ ਵਿੱਚ ਨਾ ਪਈਏ ਉਹ ਸਾਰਿਆਂ ਨੂੰ ਹੀ ਪਤਾ ਵੱਧ ਜਾਏਗਾ ਸਾਰਿਆਂ ਨੂੰ ਹੀ ਪਤਾ ਵੀ ਕਿਉਂ ਗਿਆ ਲੰਬਾ ਹੋ ਜਾਏਗਾ ਕਿਉਂ ਗਿਆ ਕਿਉਂਕਿ ਇਹਨਾਂ ਦੀ ਆਪਸੀ ਜੋ ਵੀ ਹੈਗਾ ਇਤਿਹਾਸ ਮਤਿਹਾਸ ਜੋ ਵੀ ਹੈ ਉਹਦੇ ਵਿੱਚ ਆਪਾਂ ਪੈਣਾ ਨਹੀਂ ਕਿਉਂਕਿ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਅਸੀਂ ਇਸ ਗਲਤੇ ਪਰ ਤੁਸੀਂ ਗੱਲ ਜੇ ਜਿਸ ਸੰਦਰਭ ਤੋਂ ਸ਼ੁਰੂ ਕੀਤੀ ਸੀ ਉਹ ਜਿਹੜਾ ਆਰਾਮ ਆ ਉਹ ਤੇ ਰੋਂਦਾ ਆ ਬਿਲਕੁਲ ਬਿਲਕੁਲ ਜਿੱਦਨ ਉਹਨੂੰ ਕਾਲਾ ਪੈਨ ਉਨ ਦੇਸ਼ ਨਕਾਲਾ ਦੇ ਦਿੱਤਾ ਉਹਦੇ ਰਾਜ ਤੋਂ ਨਕਾਲਾ ਰੋਵੇ RAM ਨਕਾਲਾ ਪਿਆ ਸੀਤਾ ਲਕਸ਼ਮਣ ਵਿਛੜ ਗਿਆ ਹੂੰ ਤੇ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਸੀਵਾੜੇ ਦੇ ਜੰਗਲਾਂ ਚ ਹੂੰ ਉਹ ਫੇਰ ਵੀ ਟੈਂਡ ਦਾ ਸਰਾਣਾ ਲੈ ਕੇ ਸੌਂਦਾ ਆ ਤੇ ਜਦੋਂ ਉਹਦੇ ਫਰਜ਼ੰਦ ਚੜਾਈ ਕਰਦੇ ਆ ਵਾਹ ਉਦੋਂ ਉਹ ਗੱਡੀ ਤੇ ਚੜ ਕੇ ਜਕਾਰੇ ਲਾਉਂਦਾ ਫੇਰ ਸਾਡਾ ਗੁਰੂ ਇਹ ਵੀ ਨਹੀਂ ਕਹਿੰਦਾ ਕਿ ਮੈਂ ਪਰਮੇਸ਼ਰ ਆ ਉਹ ਕਹਿੰਦਾ ਅਕਾਲ ਪੁਰਖ ਦੀ ਆराधना ਕਰੋ ਸਿੱਖੋ ਅਕਾਲ ਪੁਰਖ ਜਿਹੜਾ ਕਾਲ ਤੋਂ ਰਹਿਤ ਆ ਸੋ ਇਸ ਕਰਕੇ ਇਹ ਨਿਰ ਆਧਾਰ ਗੱਲਾਂ ਆ ਕੁਝ ਲੋਕਾਂ ਨੂੰ ਜਾਣ ਬੁੱਝ ਕੇ ਕੁਛੜ ਚੜਨ ਦੀ ਆਦਤ ਪਈ ਹੋਈ ਆ ਉਹ ਕੁਛੜ ਚੜਨਾ ਚੜਨਾ ਚਾਹੁੰਦੇ ਆ ਜਾ ਜਾ ਕੇ ਤੁਸੀਂ ਅਸੀਂ ਇੱਕ ਸਾਡਾ Hindu ਭਰਾ ਜਿਹੜਾ ਗੀਤਾ ਗੈਤਰੀ ਪੜਦਾ ਆ ਜਿਹੜਾ ਆ ਆਪਣੇ ਧਰਮ ਚ ਪੱਕਾ ਆ ਹਮ ਸੱਤ ਤਿਲਕ ਲਾਉਂਦਾ ਆ ਸਾਰੇ ਜਿੰਨੇ ਜੋ ਵੀ ਉਹਦਾ ਉਸ ਧਰਮ ਦਾ ਕਨਸੈਪਟ ਹੈਗਾ ਉਹਨੂੰ ਫੋਲੋ ਕਰਦਾ ਉਹ ਸਾਡਾ ਭਰਾ ਆ ਹਮ ਜਿਹੜਾ ਕੋਈ ਆਪਣਾ ਮੁਸਲਮਾਨ ਵੀਰ ਉਹ ਸੁਣਤ ਕਰਾਉਂਦਾ ਆ ਪੰਜ ਨਵਾਜਾਂ ਦਾ ਧਾਰਨੀਆ ਸਾਡਾ ਭਰਾ ਆ ਹਮ ਪਰ ਨਾ ਅਸੀਂ ਉਹਨੂੰ ਧੱਕੇ ਨਾਲ ਆਪਣੇ ਧਰਮ ਚ ਲਿਆਉਣਾ ਤੇ ਨਾ ਹੀ ਅਸੀਂ ਬਗਾਨੀ ਸ਼ਾਦੀ ਚ ਦੁੱਲੇ ਵਿਦਾਨੇ ਹੋਣਾ ਜਾ ਕੇ ਹਮ ਉਹਨਾਂ ਦਾ ਮੰਦਿਰ ਬਣਿਆ ਉਹਨਾਂ ਨੂੰ ਮੁਬਾਰਕ ਬਿਲਕੁਲ ਜੀ ਪਰ ਅਸੀਂ ਜਾਣ ਬੁੱਝ ਕੇ ਐਵੇਂ ਲੱਤਾਂ ਟੰਗਾ ਫਸਾਈ ਜਾਈਏ ਗੁਰੂ ਨਾਨਕ ਸਾਹਿਬ ਦੇ ਨਿਰਮਲ ਤੇ ਨਿਆਰੇ ਪੰਥ ਨੂੰ ਮਿਲ ਗੋਭਾ ਕਰੀ ਜਾਈਏ ਅਸੀਂ ਸਾਡਾ ਨਿਰਮਲ ਤੇ ਨਿਆਰਾ ਪੰਥਵਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹਨੇ ਨਿਰਮਲ ਲੈਣਾ ਆ ਇਹ ਵੰਸ਼ਵਾਦ ਤੋਂ ਪਰੇ ਆ ਜੇ ਵੰਸ਼ਵਾਦ ਦੀ ਗੱਲ ਕਰਨੀ ਹੁੰਦੀ ਤੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਗੁਰਤਾ ਗਰਗਦੀ ਦੇਣੀ ਸੀ ਗੁਰੂ ਅੰਗਦ ਸਾਹਿਬ ਇੱਥੇ ਸੇਵਾ ਦਾ ਕਨਸੈਪਟ ਆ ਤੇ ਇਹ ਇੱਥੇ ਵੰਛਵਾਦ ਨਹੀਂ ਹੈਗਾ ਹੂੰ ਇਹ ਵੰਛਵਾਦ ਨੂੰ ਮਟਾਉਣ ਖਾਤਰ ਹੀ ਸ਼ਬਦ ਗੁਰੂ ਨੂੰ ਗੁਰਤਾ ਗੁਰਗੱਦੀ ਮਿਲੀ ਆ ਪ੍ਰਧਾਨ ਸਾਹਿਬ ਦੇ ਵਿੱਚ ਇਹ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਸ਼ਬਦ ਤਾਂ ਹੋਰ ਵੀ ਬਹੁਤ ਪੜਦੇ ਆ ਜੀ ਲੇਕਿਨ ਜਿਵੇਂ ਆ ਆਪਾਂ ਜ਼ਿਆਦਾ ਹੀ ਪੜਦੇ ਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕਾ ਪਿੰਡ ਪ੍ਰਾਨ ਇਹਦੇ ਵਿੱਚ ਤਾਂ ਸਪਸ਼ਟ ਹੀ ਹੋ ਜਾਂਦਾ ਇਹ ਬਿਲਕੁਲ ਇਹ ਇਹ ਤਾਂ ਮਾਰੇ ਕਬੀਰ ਸਾਹਿਬ ਨੇ ਵੀ ਕਿਹਾ ਹਮ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰਨਾਈ ਹੋਏ ਲੈ ਜਾ ਰਹੇ ਹੋਏ ਲੈ ਗਾੜੇ ਤੇਰੀ ਗੱਤ ਦੋਹੂ ਨੇ ਪਾਈ ਬਿਲਕੁਲ ਜੀ ਇਸ ਕਰਕੇ ਅਸੀਂ ਹਿੰਦੂ ਹਿੰਦੂ ਵੀਰਾਂ ਦਾ ਵੱਖਰਾ ਧਰਮ ਆ ਸਿੱਖ ਇੱਕ ਵੱਖਰਾ ਧਰਮ ਮੁਸਲਮਾਨ ਇੱਕ ਵੱਖਰਾ ਧਰਮ ਜਿਹੜੀ ਜਿਹੜੇ ਧਰਮ ਦੀ ਅਕੀਦਾ ਹੈਗਾ ਉਹ ਉਹਨੂੰ ਪੜੇ ਧੱਕੇ ਨਾਲ ਕਿਸੇ ਤੇ ਠੋਪਣ ਦੀ ਲੋੜ ਨਹੀਂ ਹੈਗੀ ਤੇ ਧੱਕੇ ਨਾਲ ਕਿਸੇ ਦੇ ਵਿੱਚ ਜਾ ਕੇ ਵੜਨ ਦੀ ਲੋੜ ਨਹੀਂ ਹੈਗੀ ਤੇ ਆਪਣਾ ਗਿਆਨ ਜਿਹੜੇ ਲੋਕ ਇਹ ਕਰਦੇ ਆ ਉਹਨਾਂ ਨੂੰ ਆਪਣਾ ਗਿਆਨ ਆਪਣੇ ਤਕਸੀਮਤ ਰੱਖਣਾ ਚਾਹੀਦਾ ਜੇ ਉਹਨਾਂ ਨੂੰ ਬਹੁਤਾ ਚੰਗਾ ਲੱਗਦਾ ਤੇ ਉਹ ਚਲੇ ਜਾਣ ਉੱਥੇ ਆਪਣਾ ਕਰ ਲੈਣ ਉਹ ਧਰਮ ਅਪਣਾ ਲੈਣ ਫਿਰ ਇਸ ਧਰਮ ਇਸ ਗੁਰੂ ਨਾਨਕ ਸਾਹਿਬ ਦੇ ਕਲਗੀਧਰ ਪਾਤਸ਼ਾਹ ਦੇ ਨਿਰਮਲ ਨਿਆਰੇ ਪੰਥ ਦੇ ਉੱਤੇ ੱੱਬਾ ਨਾ ਬਣਨ ਤੇ ਪੂਰੀ ਕੌਮ ਦਾ ਸਿਰ ਨੀਵਾਂ ਨਾ ਕਰਨ ਸਖਰਤ ਮਰਜ਼ਾਦਾ ਨੇ ਵੀ ਹਰ ਥਾਂ ਤਗੀਦ ਕੀਤੀ ਹੈਗੀ ਆ ਸਾਡਾ ਸਾਰਾ ਕਨਸੈਪਟ ਹੀ ਵੱਖਰਾ ਅਸੀਂ ਅਮਰਤ ਵੇਲੇ ਦੇ ਧਾਰਨੀ ਆ ਅਸੀਂ ਸ਼ਬਦ ਦੇ ਧਾਰਨੀ ਆ ਉਹ ਪੱਥਰ ਦੀ ਮੂਰਤੀ ਦੇ ਧਾਰਨੀ ਆ ਤੇ ਜਿਹਨੂੰ ਸੱਚੇ ਪਾਤਸ਼ਾਹ ਨੇ ਕਿਹਾ ਬੁੱਤ ਪੂਜ ਪੂਜ Hindu ਮੂਏ ਹਮ ਤੁਰਕ ਮੂਏ ਸਰਨਾਈ ਓਏ ਲੈ ਗਾੜੇ ਓਏ ਲੈ ਜਾਰੇ ਤੇਰੀ ਗੱਤ ਦੋਹੂ ਨਾ ਪਾਈ ਤੇ ਅਸੀਂ ਕਿਦਾਂ ਮਤਲਬ ਕਿਵੇਂ ਅਸੀਂ ਇਹ ਐਡੀ ਵੱਡੀ ਜਿਹੜੀ ਗਲਤੀ ਅਸੀਂ ਕਿਉਂ ਕਰ ਰਹੇ ਆ ਮੇਰੇ ਸਮਝ ਤੋਂ ਬਾਹਰ ਆ। ਧੰਨ ਸਾਹਿਬ ਅਗਲਾ ਸਵਾਲ ਜਿਸ ਤਰ੍ਹਾਂ ਆਪਾਂ ਇਹ ਇਹ ਕਲੀਅਰ ਤੁਸੀਂ ਕਰ ਹੀ ਦਿੱਤਾ ਹੈਗਾ। ਜੀ ਜੋ ਉਹਨਾਂ ਨੇ ਜੋਤ ਦੱਸਿਆ ਵੀ ਗੁਰੂ ਨਾਨਕ ਜਿਹੜੀ ਰਾਮਚੰਦਰ ਦੀ ਜੋਤ ਹੈਗੀ ਆ। ਜੀ ਜੀ ਹੁਣ ਆਪਾਂ ਅਗਲਾ ਸਵਾਲ ਕਰ ਲੈਣੇ ਹੈਗੇ ਆ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਊਵਿੰਡ ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਹੈਗਾ। ਜਿੱਥੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀਗਾ ਉੱਥੇ ਦੇ ਕੁਝ ਇੱਕ ਸ਼ਰਾਰਤੀ ਅਨਸਰ ਆਪਾਂ ਕਹੀਏ ਜਾਂ ਕਮੇਟੀ ਦਾ ਪ੍ਰਧਾਨ ਕਹਿੰਦੇ ਹੈਗੇ ਸੀਗਾ ਉੱਥੋਂ ਦੇ ਗੁਰਦੁਆਰਾ ਸਾਹਿਬ ਦਾ ਕਹਿੰਦੇ ਵੀ ਜਦੋਂ ਉਹਨੇ ਫੋਟੋ ਵੇਖੀ ਬਾਹਰ ਜੋੜਾ ਕਰਦੇ ਬਾਹਰ ਲੱਗੀ ਹੋਈ ਤੇ ਉੱਥੇ ਉਹਨੇ ਰੌਲਾ ਪਾਤਾ ਵੀ ਫੋਟੋ ਇੱਥੇ ਨਹੀਂ ਲੱਗਣ ਦੇਣੀ ਚੱਕ ਲੋ ਉਹ ਵੀਡੀਓ ਵੀ ਵਾਇਰਲ ਹੋਈਆਂ ਤੇ ਬੜੀ ਵੱਡੀ ਦੁਬਦਾ ਕੌਮ ਦੇ ਵਿੱਚ ਬਣਾਈ ਗਈ ਹੈ ਬੇ ਉਹਦੇ ਵਿਰੋਧ ਬਹੁਤ ਕੀਤਾ ਗਿਆ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਫੋਟੋ ਦਾ ਤੇ ਤੁਹਾਨੂੰ ਇਹ ਇਹ ਲੋਕ ਕੌਣ ਲੱਗਦੇ ਆ ਦੇਖੋ ਜੀ ਅਸਲ ਚ ਗੱਲ ਹੈਗੀ ਆ ਵੀ ਸਿੱਖ ਕੌਮ ਤੇ ਹਮਲਾ ਵਾਰ-ਵਾਰ ਹੂੰ ਹੁਣ ਸਿਧਾਂਤ ਦੇ ਪੁਜਾਰੀ ਸੀ ਬਾਬਾ ਦੀਪ ਆਪਣੇ ਬਾਬਾ ਦੀਪ ਸਿੰਘ ਜੀ ਹਾਂਜੀ ਪਹੂਵੰਡ ਸਾਹਿਬ ਉਹਨਾਂ ਦਾ ਜਨਮ ਸਥਾਨ ਹੂੰ ਤੇ ਬਾਬਾ ਦੀਪ ਸਿੰਘ ਉਹਨਾਂ ਦੀ ਟਕਸਾਲ ਦੇ 14ਵੇਂ ਮੁਖੀ ਜਿਹੜੇ ਹੈਗੇ ਆ ਬਾਬਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਾਂਜੀ ਹਾਂਜੀ ਹੁਣ ਵੇਖੋ ਇੱਕ ਬੰਨੇ ਤੇ ਉਧਰ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹਟਿਆ ਹੂੰ ਇਸ ਗੱਲ ਦੇ ਉੱਤੇ ਜਿਹੜੇ ਪ੍ਰਚਾਰਕਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਕਦੇ ਬੋਲੇ ਨਹੀਂ ਹੈ ਜੀ ਜੀ ਬਿਓ ਮਾੜਾ ਹੋਇਆ ਜਾਂ ਚੰਗਾ ਹੋਇਆ ਕੀ ਹੋਇਆ ਕੀ ਨਹੀਂ ਕਿਉਂਕਿ ਜਦ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਨੂੰ ਬੋਲ-ਬੋਲ ਕੇ ਆਪਣਾ ਹਲਵਾ ਮੰਡਾ ਚਲਾਉਣ ਵਾਲੇ ਲੋਕ ਵੀ ਚੁੱਪ ਰਹੇ ਆ ਬਿਲਕੁਲ ਜੀ ਪਰ ਜਿਹੜੀ ਉੱਥੇ ਉਹ ਹਰਕਤ ਕੀਤੀ ਆ ਜਿਹੜਾ ਪ੍ਰਧਾਨ ਹੋਵੇ ਕੋਈ ਹੋਵੇ ਉਹ ਬੇਹੂਦਾ ਹਰਕਤ ਆ ਹੂੰ ਪਹਿਲੇ ਮੁਖੀ ਦੇ ਸਥਾਨ ਦੇ ਉੱਤੇ 14ਵੇਂ ਮੁਖੀ ਦੇ ਦੀ ਜਿਹੜੀ ਤਸਵੀਰ ਆ ਕਿਉਂ ਨਹੀਂ ਲੱਗ ਸਕਦੀ ਹੂੰ ਫਿਰ ਜਿਹੜੀ ਤਸਵੀਰ ਆ ਉਹ ਦਰਬਾਰ ਸਾਹਿਬ ਹਾਲ ਦੇ ਅੰਦਰ ਜਾ ਉਹਨਾਂ ਦੇ ਪ੍ਰਬੰਧ ਵਿੱਚ ਨਹੀਂ ਕਿਸੇ ਨੇ ਲਾਈ ਬਿਲਕੁਲ ਕੋਈ دیਵਾਨਾ ਮਸਤਾਨਾ ਸਿੰਘ ਆ ਜਿਹੜਾ ਪ੍ਰੇਮ ਦੇ ਵਿੱਚ ਭਿੱਜ ਕੇ ਆਈਆਂ ਹੋਈਆਂ ਸੰਗਤਾਂ ਦੀ ਟੈਲ ਸੇਵਾ ਕਰਨੀ ਚਾਹੁੰਦਾ ਜੋੜਿਆਂ ਦੀ ਸੇਵਾ ਕਰਦਾ ਉਹਨਾਂ ਦੇ ਜੁੱਤੀਆਂ ਨੂੰ ਗੰਢਦਾ ਆ ਪਾਲਿਸ਼ ਕਰਦਾ ਆ ਜਾਂ ਆਪਣਾ ਮਨ ਦਾ ਉਹਦਾ ਇੱਛਾ ਆ ਕਿ ਮੈਂ ਸੰਗਤ ਦੀ ਸੇਵਾ ਕਰਨੀ ਪਰਨੇ ਕੰਨੀ ਲਾਇਆ ਸੀ ਤੇ ਜਿੱਥੇ ਉਹਨੇ ਆਪਦਾ ਉਹ ਲਾਇਆ ਆ ਕਰ ਲਾਇਆ ਸੀ ਆਪਣਾ ਸਟਾਲ ਕਹਿ ਲੋ ਜਾਂ ਕਹਿ ਲੋ ਵੀ ਉਹਨੇ ਤੰਬੂ ਵਗੈਰਾ ਲਾ ਕੇ ਜਿਸ ਦਾ ਬਣਾਇਆ ਹੋਇਆ ਟੈਂਪਰੇਰੀ ਆਰਜੀ ਟੈਂਪਰੇਰੀ ਉਹਨੇ ਆਪਦੀ ਰੈਸਟ ਬਣਾ ਕੇ ਉਹਦੇ ਉੱਤੇ ਉਹਨੇ ਉਹਨੂੰ ਤਸਵੀਰ ਨੂੰ ਟੰਗਿਆ ਤੇ ਉਹਦੀ ਉਹਦੀ ਜਿਹੜੀ ਢੱਡ ਪੀੜ ਆ ਉਹ ਨਹੀਂ ਸੀ ਹੋਣੀ ਚਾਹੀਦੀ ਉਹ ਢੱਡ ਪੀੜ ਹੋਈ ਢੱਡ ਪੀੜ ਹੋਣ ਦੇ ਨਾਲ ਉਹ ਬਜ਼ੁਰਗ ਨੇ ਦੇਖੋ ਕਈ ਤਰ੍ਹਾਂ ਦੇ ਲੋਕ ਸਾਨੂੰ ਤੁਹਾਨੂੰ ਸੁਣਨ ਵਾਲੇ ਗੱਲ ਕਰਨਗੇ ਉਸ ਬਜ਼ੁਰਗ ਨੇ ਆਪਣੀ ਬਜ਼ੁਰਗੀ ਉਮਰ ਚ ਸਿਰ ਚ ਖੇਪ ਪਵਾਈ ਤੇ ਗਰਬਾਣੀ ਦਾ ਮਹਾਵਾਕਾ ਜਿਸ ਨੂੰ ਆਪ ਖਵਾਏ ਕਰਤਾ ਖਸਲੇ ਚ ਗਿਆਈ ਨਾਲੇ ਕਹਿੰਦੇ ਜੀ ਉਹ ਕਰਨਲ ਰਟਾਇਰ ਹੈਗਾ ਮਤਲਬ ਸਾਰੀ ਖੇਪ ਵਾਲੀ ਜੀ ਬਾਬੇ ਦੀਪ ਸਿੰਘ ਅ ਸ਼ਹੀਦ ਬਾਬਾ ਦੀਪ ਸਿੰਘ ਅਨੋਕੇ ਚੀਦ ਉਹਨਾਂ ਦੀ ਸਥਾਨ ਦਾ ਹੋਵੇ ਪ੍ਰਧਾਨ ਤੇ ਉਹ ਸੰਤਾਂ ਦੀ ਤਸਵੀਰ ਦਾ ਕਰੇ ਵਿਰੋਧ ਜਾਣ ਬੁਝ ਕੇ ਸਿਰ ਖੇਪ ਪਵਾਈ ਬਾਅਦ ਚ ਮੰਤਾਂ ਕੀਤੀਆਂ ਕਿੰਨਾ ਉਤੇ ਮਤਲਬ ਨੌਜਵਾਨੀ ਦੇ ਵਿੱਚ ਜੋਸ਼ ਆਇਆ ਕੁੱਟਕਟਾਪਾ ਵੀ ਹੋਇਆ ਜੁੱਤੀਆਂ ਵੀ ਖਾਦੀਆਂ ਸੋ ਗੰਡਾ ਵੀ ਖਾਦਾ ਸੋ ਚਿੱਤਰ ਵੀ ਖਾਦਾ ਮਤਲਬ ਵਿਰੋਧ ਵੀ ਕੀਤਾ ਮੁੜ ਕੇ ਮੁਆਫੀਆਂ ਵੀ ਮੰਗੀਆਂ ਇਹੋ ਜਿਹੇ ਲੋਕਾਂ ਨੂੰ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਪੇਪਰ ਤੇ ਲੱਗੀ ਹੋਈ ਤਸਵੀਰ ਤਾਂ ਤੁਸੀਂ ਹਟਾ ਦਿਓਗੇ ਹੂੰ ਲੋਕਾਂ ਦੇ ਤਾਂ ਦਿਲਾਂ ਚ ਲੱਗੀ ਹੋਈ ਆ ਹੂੰ ਸੰਗਤ ਦੇ ਦਿਲਾਂ ਵਿੱਚ ਲੱਗੀ ਹੋਈ ਤਸਵੀਰਾਂ ਕਿਉਂਕਿ ਉਹ ਖੁਦ ਨਹੀਂ ਵਿਕੇ ਜਿਹੜੇ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਇਸ ਕਰਕੇ ਉਹ ਬੜੀ ਮੰਦਭਾਗੀ ਘਟਨਾ ਸੀਗੀ ਚਲੋ ਫੇਰ ਵੀ ਮੈਂ ਕਹਿੰਨਾ ਸੁਹਿਰਦ ਸੱਜਣਾ ਨੇ ਉੱਥੇ ਦੀਆਂ ਧਾਰਮਿਕ ਜਥੇਬੰਦੀਆਂ ਨੇ ਇਲਾਕੇ ਦੀਆਂ ਸੰਗਤਾਂ ਨੇ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਸੁਲਝਾ ਲਿਆ ਮੈਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਕਹਿਣ ਲੱਗਿਆ ਸੀ ਜੇ ਪੁਲਿਸ ਉਹਨਾਂ ਨੂੰ ਲੈ ਗਈ ਉੱਥੋਂ ਉਹ ਕਰਨਲ ਰਿਟਾਇਰ ਪ੍ਰਧਾਨ ਨੂੰ ਸਹੀ ਹੋਇਆ ਜੇ ਕਿਵੇਂ ਲੱਗਿਆ ਨੇ ਦੇਖੋ ਪੁਲਿਸ ਦਾ ਕੰਮ ਹੁੰਦਾ ਵੀ ਵਿਚ ਪਾ ਕੇ ਇਸ ਗੱਲ ਨੂੰ ਬਚਾ ਕਰਾਉਣਾ ਵੀ ਝਗੜਾ ਨਾ ਹੋਣ ਦੇਣਾ ਜੇ ਪੁਲਿਸ ਨਾ ਲੈ ਕੇ ਜਾਂਦੀ ਸੋਧਾ ਲੱਗ ਜਾਣਾ ਸੀ ਲੱਗਿਆ ਹੀ ਆ ਗੱਡੀ ਭੱਜੀ ਆ ਉਹਦੇ ਸੱਟਾਂ ਵੱਜੀਆਂ ਵਾ ਇੱਕ ਸਿੰਘ ਦੇ ਸੱਟਾਂ ਵੱਜੀਆਂ ਵਾ ਸਾਰਾ ਕੁਝ ਹੋਇਆ ਆ ਹੁਣ ਕਈ ਕਹਿੰਦੇ ਜੀ ਮੌਕੇ ਤੇ ਨਹੀਂ ਹੁਣ ਜਿੰਨੇ ਸਿੰਘ ਨੌਜਵਾਨ ਮੌਕੇ ਤੇ ਸੀ ਹੁਣ ਉਹ ਤੁਹਾਨੂੰ ਪਤਾ ਨਾ ਉਥੇ ਹੁਣ ਕਈ ਕਹਿਣਗੇ ਜੀ ਇਹ ਪੁਲਿਸ ਦੀ ਮਦਦ ਕਰ ਰਿਹਾ ਹੁਣ ਇੱਕ ਪੁਲਿਸ ਇੰਸਪੈਕਟਰ ਦਾ ਉਸ ਬਜ਼ੁਰਗ ਨੂੰ ਬਚਾਉਂਦਿਆਂ ਬਚਾਉਂਦਿਆਂ ਆਉਦੀ ਬਾਹ ਵੱਢ ਗਈ ਹੂੰ ਉਹਦੇ 6 ਵਜੇ ਮਤਲਬ ਉਹਨਾਂ ਨੇ ਜੇ ਪੁਲਿਸ ਇੰਨੀ ਜ਼ਿਆਦੀ ਨਾ ਉਹਦੀ ਸੁਰੱਖਿਆ ਕਰਦੀ ਤੇ ਉਹ ਬੁੱਢੇ ਦਾ ਭੋਗ ਪੈ ਜਾਣਾ ਸੀ ਉੱਥੇ ਪੈ ਜਾਣਾ ਸੀ ਵਕਿਆ ਤੋਂ ਇਸ ਕਰਕੇ ਜਿੱਥੇ ਕਿਤੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਹਿੰਡ ਨਹੀਂ ਕਰਨੀ ਚਾਹੀਦੀ ਸੰਤ ਗਿਆਨੀ ਚਰਨੈਲ ਸਿੰਘ ਨੇ ਆਪਣਾ ਆਪ ਕੌਮ ਤੋਂ ਨਸ਼ਾਵਰ ਕੀਤਾ ਤੇ ਜੇ ਉਹਨਾਂ ਦੀ ਤਸਵੀਰ ਲੱਗ ਵੀ ਜਾਂਦੀ ਹੈ ਤੇ ਮੇਰਾ ਖਿਆਲ ਆ ਵੀ ਕੋਈ ਐਡੀ ਆਫਤ ਆਉਣ ਵਾਲੀ ਗੱਲ ਨਹੀਂ ਹੈਗੀ ਇਹ ਬੇਲੋੜਾ ਵਵਾਦ ਆ ਬਿਲਕੁਲ ਜੀ ਬਿਲਕੁਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਸ਼ਹੀਦ ਮੰਨ ਚੁੱਕਿਆ ਉਹਨਾਂ ਦੀ ਅਕਾਲ ਤਖਤ ਸਾਹਿਬ ਦੇ ਵਿੱਚ ਯਾਦਗਾਰ ਬਣ ਗਈ ਹੋਈ ਆ ਜਿੱਥੇ ਬੜਾ ਵਧੀਆ ਸੋਨਾ ਕਰਕੇ ਲਿਖਿਆ ਆ ਸੂਰਾ ਸੋ ਪਹਿਚਾਨੀਏ ਜੋ ਲਰੇਦੀਨ ਕੇ ਏ ਪਰਜਾ ਪਰਜਾ ਕਟਮਰੇ ਕਬੂ ਨਾ ਛਾਡੇ ਖੇਤ ਤੇ ਉਹ ਜੇ ਅਕਾਲ ਤਖਤ ਸਾਹਿਬ ਵਿੱਚ ਉਹਨਾਂ ਦੀ ਯਾਦਗਾਰ ਬਣ ਸਕਦੀ ਆ تے پھر تصویر کیوں نہیں لگ ਸਕਦੀ تصویر ਤਾਂ پھر کوئی ਵੱਡੀ گل نہیں ہے اجای ਸکھ اجایب ਘਰ ਚ تصویر لگی ہے ایون کہ جਿੱਥੇ جਿੱਥੇ ਸਿੱਖ ਵੱਸਦਾ ਵਾ ਉਹ تصویر ਉਹਨਾਂ ਦੀ ਲੋਕਾਂ ਦੇ دل ਚ ਵੱਸਦੀ ਆ ਤੇ ਉਹ ਬਜ਼ੁਰਗਾਂ ਨੇ ਆਪਣੀ ਬਜ਼ੁਰਗੀ ਦਾ ਜਲੂਸ ਮੈਕ ਨੂੰ ਕਢਾਇਆ ਆ ਆਪਣਾ ਮਾਨ ਸਹਿ ਸਵਹਿਮਾਨ ਉਹਨਾਂ ਨੇ ਜਿਹੜਾ ਇਸ ਉਮਰ ਚ ਜਿਹੜਾ ਉਹਨਾਂ ਨੂੰ ਨਹੀਂ ਸੀ ਇਹ ਕਰਨੀ ਚਾਹੀਦੀ ਜਿਹੜੀ ਉਹਨਾਂ ਨੇ ਘਟਿਆ ਹਰਕਤ ਕੀਤੀ ਆ ਤੇ ਅਗਲਾ ਸਵਾਲ ਜਿਹੜਾ ਤੁਹਾਡਾ ਹੋਊਗਾ ਵੀ ਕੀ ਹੋਣਾ ਚਾਹੀਦਾ ਮੈਂ ਤਾਂ ਕਿੰਨਾ ਵੀ ਇਹੋ ਜਿਹਾ ਪ੍ਰਧਾਨਾਂ ਨੂੰ ਚੱਲਦਾ ਕਰਨਾ ਚਾਹੀਦਾ ਉੱਥੋਂ ਚੰਗੇ ਸੁਚੱਜੇ ਗੁਰਸਿੱਖ ਅਮਰਤਾਰੀ ਕਿਉਂਕਿ ਸ੍ਰੀ ਕਲਤਖ ਸਾਬ ਦਾ ਇਹ ਹੁਕਮ ਵੀ ਹੈਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੰਗੇ ਗੁਰਸਿੱਖ ਜਿਹੜੇ ਅਮਰਤਾਰੀ ਆਉਣੇ ਚਾਹੀਦੇ ਆ ਜਿਹੜੇ ਗੁਰਮਤ ਦੀ ਸੋਝੀ ਹੋਵੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਕੌਣ ਸਾਡੇ ਨਾਇਕਾ ਤੇ ਕੌਣ ਸਾਡੇ ਖਲਨਾਇਕ ਆ ਅਜੇ ਬਿਆਨ ਤੇ ਬੁੱਚੜ ਦੀ ਫੋਟੋ ਲੱਗੀ ਹੁੰਦੀ ਤੇ ਉਹਦੇ ਜੁੱਤੀਆਂ ਮਾਰ ਦਿੰਦਾ ਬਜ਼ੁਰਗ ਤੇ ਅਸੀਂ ਸਰੋਪਾ ਪਾਉਣ ਜਾਂਦੇ ਤੇ ਸੰਤ ਗਿਆਨੀ ਜਰਨੈਲ ਸਿੰਘ ਦੀ ਤਸਵੀਰ ਦੇ ਤੇ ਉਹਨੂੰ ਨੌਜਵਾਨ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਬਿਲਕੁਲ ਜੀ ਔਰ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਣਾ ਮਾਨ ਸਨਮਾਨ ਕਰਨਾ ਚਾਹੀਦਾ ਸੀਗਾ ਇਸ ਜਮਾਨੇ ਦੇ ਵਿੱਚ ਅੱਜ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕੋਈ ਨਿਸ਼ਕਾਮ ਸੇਵਕ ਕਲਬ ਨਹੀਂ ਰਹਿ ਤੇ ਅਸੀਂ ਉਹ ਉਸ ਨੌਜਵਾਨ ਦਾ ਜਿਹੜਾ ਮਨੋਬਲ ਤੋੜਿਆ ਆ ਤੇ ਨਾਲ ਅਸੀਂ ਸੰਤਾਂ ਦੀ ਤਸਵੀਰ ਦੀ ਵੀ ਤੋਹੀਨ ਕੀਤੀ ਹੈ ਬਹੁਤ ਮਾੜੀ ਗੱਲ ਬਿਲਕੁਲ ਜੀ ਬਿਲਕੁਲ ਪ੍ਰਧਾਨ ਸਾਹਿਬ ਅਗਲਾ ਸਵਾਲ ਜੁੜਾ ਪਹਿਲਾ ਸਵਾਲ ਕੀਤਾ ਸੀ ਮਿਲਦਾ ਜੁਲਦਾ ਹੀ ਹੈਗਾ ਜੀ ਉਹੀ ਪ੍ਰਚਾਰਕ ਜਿਨ੍ਹਾਂ ਨੇ ਰਾਮ ਮੰਦਰ ਦੀਆਂ ਵਧਾਈਆਂ ਵੀ ਦਿੱਤੀਆਂ ਹੈਗੀਆਂ ਨੇ ਤੁਹਾਨੂੰ ਵੀ ਪਤਾ ਹੈਗਾ ਜੀ ਹੁਣ ਗੱਲ ਇਹ ਕਰਦੇ ਆ ਕਿ ਐਲਕੇ ਦਿਵਾਨੀ ਨੇ ਇੱਕ ਬੁੱਕ ਲਿਖੀ ਜੀਗੀ ਮਾਈ ਕੰਟਰੀ ਮਾਈ ਲਾਈਫ ਉਹਦੇ ਚ ਇਹ ਗੱਲ ਕਹਿੰਦੇ ਆ ਵੀ ਇੰਦਰਾ ਗਾਂਧੀ ਤਾਂ ਅਟੈਕ ਨਹੀਂ ਕਰਨਾ ਚਾਹੁੰਦੀ ਸੀ ਲੇਕਿਨ ਉਹਨੂੰ ਅਸੀਂ ਹੱਲਾਸ਼ੇਰੀ ਦਿੱਤੀ ਹੈ ਵੀ ਤੂੰ ਟੈਗ ਤੈਨੂੰ ਕਰਨਾ ਹੀ ਪਵੇਗਾ ਪਹਿਲਾ ਇੱਕ ਸਵਾਲ ਹੋ ਗਿਆ ਦੂਜਾ ਸਵਾਲ ਇਹ ਹੈ ਕਿ ਭਾਜਪਾ ਦੇ ਜਿਹੜਾ ਲੀਡਰ ਸੀਗਾ ਸੰਦੀਪ ਦਾਇਮਾ ਉਸਨੇ ਰਾਜਸਥਾਨ ਦੇ ਵਿੱਚ ਸਿੱਖਾਂ ਨੂੰ ਸ਼ਰਿਆਮ ਲਲਕਾਰਿਆ ਕਹਿੰਦਾ ਵੀ ਇਹਨਾਂ ਦੇ ਗੁਰਦੁਆਰੇ ਤੇ ਜਿੰਨੇ ਮੁਸਲਮਾਨਾਂ ਦੀ ਮਸਜਿਦਾਂ ਹੈਗੀਆਂ ਨੇ ਉਹ ਖਾੜ ਕੇ ਸੁੱਟ ਦਿਓ ਤੇ ਇੱਕ ਇਹ ਸਵਾਲ ਦਾ ਤੁਸੀਂ ਜਵਾਬ ਬੜੇ ਡੰਗਾਈ ਦੇ ਨਾਲ ਦੇਣਾ ਬਣਦਾ ਹੈ ਕਿ ਜਿਹੜੇ ਲੋਕ ਵਧਾਈਆਂ ਦਿੰਦੇ ਹੈਗੇ ਨੇ ਕੀ ਸਮਝ ਕੇ ਵਧਾਈਆਂ ਦਿੰਦੇ ਹੈਗੇ ਨੇ ਦੇਖੋ ਜੀ ਉਹ ਤਾਂ ਫਿਰ ਐ ਆ ਵੀ ਤੁਸੀਂ ਤਾਂ ਮੇਰੀ ਦਾੜੀ ਨੂੰ ਹੱਥ ਫਾਉ ਪੱਟੋ ਹੂੰ ਤੇ ਮੈਂ ਤੁਹਾਡੇ ਨਾਲ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰਾਂ ਬਿਲਕੁਲ ਜੀ ਦਾੜੀ ਪਟਾ ਕੇ ਗਲਵੱਕੜੀ ਪਾਉਣੀ ਤਾਂ ਕਿਸੇ ਕੀਮਤ ਤੇ ਵਾਜਬ ਨਹੀਂ ਹੈਗੀ ਨਾ ਹੁਣ ਅਗਲਿਆਂ ਨੇ ਕੱਲਾ ਇਹ ਨਹੀਂ ਕਿਹਾ ਵੀ ਅਸੀਂ ਤੇਰੇ ਤੇ ਦਬਾਅ ਪਾਇਆ ਉਹਨਾਂ ਨੇ ਦੁਰਗਾ ਦਾ ਖਿਤਾਬ ਦਿੱਤਾ ਇੰਦਰਾ ਨੂੰ ਕਹਿੰਦੇ ਵੀ ਸਾਡੀ ਦੁਰਗਾ ਆ ਦੁਰਗਾ ਤੇ ਦੂਜੇ ਬੰਨੇ ਜਿਹੜੇ ਹੈਗੇ ਆ ਆਪਣੇ ਤੁਸੀਂ ਆ Rajasthan ਦੀ ਗੱਲ ਕਰਦੇ ਹਾਂਜੀ ਉਹ ਤੇ ਮੂਰਖਤਾ ਹੈਗੀ ਉਹਦੀ ਗੁਰਦੁਆਰਿਆਂ ਨੂੰ ਮੱਸੇ ਰੰਗੜ ਨੇ ਵੀ ਖੜਨ ਦੀ ਕੋਸ਼ਿਸ਼ ਕੀਤੀ ਸੀ ਇੰਦਰਾ ਰਾਣੀ ਨੇ ਵੀ ਖੜਨ ਦੀ ਕੋਸ਼ਿਸ਼ ਕੀਤੀ ਸੀ ਜੋਗੀ ਕਹਿੰਦੇ ਤਾਲੀਆਂ ਮਾਰਦਾ ਸੀ ਤੇ ਅਬਦਾਲੀ ਨੇ ਵੀ ਕੀਤਾ ਸੀਗਾ ਉਹੀ ਅਬਦਾਲੀ ਜਿਹੜਾ ਇਹਨਾਂ ਵੀਰਾਂ ਦੀਆਂ ਬਹੂ ਬੇਟੀਆਂ ਨੂੰ ਲੈ ਜਾਂਦਾ ਸੀ ਚੁੱਕ ਚੁੱਕ ਕੇ ਤੇ ਸਾਡੇ ਸਿੱਖ ਛੜਾ ਕੇ ਲਿਆਉਂਦੇ ਰਹਿਆ ਬਿਲਕੁਲ ਜੀ ਅਸੀਂ ਉਹ ਆ ਜਿਨ੍ਹਾਂ ਨੇ ਤੁਹਾਡੇ ਤੇ ਆਸਾਨ ਹ ਹ ਤੁਹਾਡੀਆਂ ਬਹੁ ਬੇਟੀਆਂ ਸਿੱਖਾਂ ਨੇ ਛੜਾਈਆਂ ਤੇ ਸਾਡੇ ਗੁਰੂ ਸਾਹਿਬ ਨੇ ਉਹਨਾਂ ਦੇ ਧਰਮ ਵਾਸਤੇ ਆਪਣਾ ਸੀਸ ਦਿੱਤਾ ਹ ਅਸੀਂ ਕਿਸੇ ਦੇ ਆਸਾਨ ਦੇ ਮੁਹਤਾਜ ਨਹੀਂ ਹੈਗੇ ਬਿਲਕੁਲ ਜੀ ਤੋਂ ਇਸ ਕਰਕੇ ਸਾਡੇ ਲੋਕਾਂ ਨੂੰ ਜਿਹੜੇ ਠੀਠ ਲੋਕ ਸਾਡੇ ਐਵੇਂ ਹੀ ਉਹਨਾਂ ਦੀ ਚਾਪਲੂਸੀ ਕਰੀ ਜਾਂਦੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਇੱਕ ਬੰਨੇ ਤੋਂ ਸਾਡੇ ਲਈ ਜ਼ਹਿਰ ਭੜੀ ਖੜਿਆ ਉਹ ਕਹਿੰਦੇ ਆ ਜੀ ਵੀ ਅਸੀਂ ਗੁਰਦੁਆਰੇ ਨਸੂਰ ਆ ਉਹ ਜੇ ਚਬਦੀ ਨਹੀਂ ਵਰਤਿਆ ਵੀ ਨਸੂਰ ਹੈ ਇਹਨਾਂ ਨੂੰ ਕਾੜ ਪੈਂਕਣਾ ਚਾਹੀਦਾ ਤੇ ਉੱਥੋਂ ਦਾ ਮੁੱਖ ਮੰਤਰੀ ਵੀ ਤਾੜੀਆਂ ਮਾਰੇ ਤੇ ਦੂਜੇ ਬੰਨੇ ਜਿਹੜੀ ਕੱਲ ਤੱਕ ਸਾਹਬ ਤੇ ਅਟੈਕ ਕਰਨ ਵਾਲੀ ਇੰਦਰਾ ਗਾਂਧੀ ਉਹਨੂੰ ਬੀਜੇਪੀ ਅਡਵਾਨੀ ਵਰਗੇ ਜਿਹੜੇ ਆ ਉਹ ਦੁਰਗਾ ਦਾ ਖਿਤਾਬ ਦੇਣ ਤੇ ਅਸੀਂ ਫੇਰ ਵੀ ਫੇਰ ਵੀ ਕਹੀਏ ਸਾਡਾ 9 ਮਹੀਨਾਂ ਦਾ ਰਿਸ਼ਤਾ ਲੱਖ ਲਾਂਡ ਸਾਡੀ ਸੋਚ ਦੇ ਇਹਦਾ ਮਤਲਬ ਸਾਡੀ ਮਾਨਸਿਕਤਾ ਗਿਰ ਚੁੱਕੀ ਆ ਅਸੀਂ ਬਿਲਕੁਲ ਨੀਵੇਂ ਹੋ ਗਏ ਆ ਤੇ ਅਸੀਂ ਆਪ ਦਾ ਜੂڑا ਅਗਲੇ ਨੂੰ ਫੜਾ ਕੇ ਕਹਿੰਨੇ ਆ ਵੀ ਸਾਡੇ ਚਾਰ ਛਿੱਤਰ ਵੀ ਮਾਰ ਲਾ ਹੂੰ ਤੇ ਸਾਡੇ ਕੋਲੋਂ 10 ਰੁਪਏ ਭੇਟਾ ਵੀ ਲੈ ਲਾ ਅੱਛਾ ਜੀ ਹਾਂ ਵੀ ਛਿੱਤਰ ਵੀ ਮਾਰ ਲਾ ਤੇ ਅਸੀਂ ਭੇਟਾ ਵੀ ਦੇਣੂ ਹਾਂ ਹਾਂ ਜੀ ਪ੍ਰਧਾਨ ਸਾਹਿਬ ਵੀਡੀਓ ਲੰਬੀ ਹੋ ਚੱਲੀ ਐ ਸਵਾਲ ਜਵਾਬ ਛੋਟ ਜਿਹੀ ਦੇ ਦੇ ਤੁਸੀਂ ਕਹਿੰਦੇ ਵੀ ਗੁਰਦੁਆਰਾ ਗਿਆਨ ਗੋਦੜੀ ਤੇ ਡਾਂਗ ਮਾਰ ਪੂਰੀ ਗੁਰਦੁਆਰੇ ਸਿੱਖਾਂ ਦੇ ਢਾਏ ਗੇ ਹੈਗੇ ਨੇ ਤੇ ਇੱਕ ਪਾਸੇ ਇਹ ਜਿਹੜੇ ਸਿੱਖ ਕੌਮ ਦੇ ਪ੍ਰਚਾਰਕ ਹੈਗੇ ਨੇ ਵੱਡੇ ਵੱਡੇ ਇਹ ਵਧਾਈਆਂ ਦਿੰਦੇ ਨੇ ਕਿਸ ਮਹਨੇ ਤੇ ਵਧਾਈਆਂ ਦਿੰਦੇ ਨੇ ਉਹ ਸਵਾਲ ਦੁਬਾਰਾ ਦੁਬਾਰਾ ਫਿਰ ਘੁੰਮਦਾ ਹੈ ਵੀ ਸਾਡੇ ਗੁਰਦੁਆਰੇ ਜਿਹੜੇ ਢਾਏ ਨੇ ਉਹਨਾਂ ਦੀ ਮੰਗ ਨਹੀਂ ਕੀਤੀ ਜਾ ਰਹੀ ਵੀ ਸਾਨੂੰ ਵਾਪਸ ਦਿੱਤੇ ਜਾਣਾ ਲੇਕਿਨ ਪਹਿਲਾਂ ਵਧਾਈਆਂ ਦੇ ਦਿੱਤੀਆਂ ਗਿਆ ਨੇ ਦੇਖੋ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੰਗੂ ਮੱਠ ਹਾਂਜੀ ਹਾਂਜੀ ਦਾੰਗਵਾਰ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬ ਨੂੰ ਢਾਕੇ ਔਰ ਪਿਛਲੇ ਦਿਨ ਹੀ ਆ ਆ ਰਿਹਾ ਸੀਗਾ ਕਿ ਉੱਥੇ ਇਹਨਾਂ ਨੇ ਇੱਕ ਥਾਂ ਤੇ ਟੌਲਟ ਵੀ ਬਣਾ ਦਿੱਤੀਆਂ ਕੋਈ ਹੋਰ ਮਤਲਬ ਇਹਨਾਂ ਨੇ ਸਾਰਾ ਉਹਨੂੰ ਕਰ ਲਿਆ ਪਰ ਸਾਡੇ ਜਿਹੜੇ ਵੀਰ ਇੰਨੇ ਅਤਾਵਲੇ ਹੋਏ ਹੋਏ ਆ ਮੈਂ ਕਿੰਨਾ ਵੀ ਉਹਨਾਂ ਨੂੰ ਕਿਤੇ ਠੰਡੇ ਪਾਣੀ ਚ ਨਹਾਉਣ ਨੂੰ ਕੇ ਸੋਚ ਲੈਣਾ ਚਾਹੀਦਾ ਵੀ ਉਹ ਤਾਂ ਸਾਡੇ ਗੁਰੂ ਘਰ ਟਾਉਣ ਲੱਗੇ ਹੋਏ ਆ ਤੇ ਆਪਾਂ ਨੂੰ ਵਧਾਈਆਂ ਦੇਣ ਦਾ ਚਾਚੜਿਆ ਹੋਇਆ ਵੀ ਇਹ ਹੈ ਕੀ ਆ ਤੁਸੀਂ ਉਸ ਸੂਰਬੀਰ ਯੋਧੇ ਦੀ ਅਕਸਾਲ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰਦੇ ਹੋ ਜਿਨੇ ਠੋਕ ਵਜਾ ਕੇ ਕਿਹਾ ਸੀਗਾ ਜਿਹਨੂੰ ਕਰੋੜਾਂ ਅਰਬਾਂ ਰੁਪਈਆ ਦਾ ਲਾਲਚ ਦਿੱਤਾ ਸੀਗਾ ਬਿਲਕੁਲ ਜੀ ਵੀ ਤੁਸੀਂ ਮੁੱਖ ਮੰਤਰੀ ਬਣ ਜਾਓ ਹਮ ਤੁਸੀਂ ਐਨੇ ਡਾਲਰ ਲੈ ਲੋ ਤੇ ਦੇਸ਼ ਛੱਡ ਜਾਓ ਤੇ ਐਸ ਦੀ ਜ਼ਿੰਦਗੀ ਜਿਓ ਵਾਹ ਵਾਹ ਤੇ ਉਹ ਉਹ ਉਹਨੇ ਤਾਂ ਉਹ ਗੱਲ ਨਾ ਮੰਨੀ ਉਹਨੇ ਆਪਣੇ ਪ੍ਰਾਨ ਨਿਸ਼ਾਵਰ ਕਰਤੇ ਤੇ ਅਸੀਂ ਅੱਜ ਛੋਟੀ ਜੀ ਗੱਲ ਬਦ ਲਈ ਨਿੱਕੀ ਜੀ ਕੋਈ ਕੀ ਹੋਊਗਾ ਲਫਾਫੇ ਚ ਕਿੰਨੇ ਕੁ ਪੈ ਜਾਣਗੇ ਕੀ ਹੋਊਗਾ ਕਿੰਨਿਆਂ ਕ ਨਾਲ ਕੀਦੇ ਬਦਲੇ ਤੁਸੀਂ ਇਹ ਗੱਲਾਂ ਕਰੀ ਜਾਂਦੇ ਹੋ ਸਾਡੇ ਤਾਂ ਗੁਰੂ ਘਰ ਅਗਲੇ ਨੇ ਢਾ ਦਿੱਤੇ ਹਾਂਜੀ ਸਾਡੇ ਗੁਰੂ ਘਰ ਢਾਏ ਜਿਹੜੇ ਹਜੇ ਤੱਕ ਬਣਾਏ ਨਹੀਂ ਪਰ ਅਸੀਂ ਕਿਹੜੇ ਬਨਾ ਦੇ ਉੱਤੇ ਅੱਜ ਐਡੇ ਝੋਲੀ ਚੱਕ ਬਣੇ ਹੋਏ ਆ ਇਹ ਸਮਝ ਤੋਂ ਬਾਹਰ ਗੱਲਾਂ ਹੈਗੀਆਂ ਸਮਾਂ ਰਹਿੰਦਿਆਂ ਸਾਨੂੰ ਵਾਪਸ ਆਪਣੇ ਘਰ ਵੱਲ ਮੁੜਨਾ ਚਾਹੀਦਾ ਸਾਨੂੰ ਉਸ ਦਰਦ ਨੂੰ ਸਾਡਾ ਕਾਲ ਤਖਤ ਸਾਹਿਬ ਇੱਕ ਢਾਉਣ ਵਾਲੇ ਸੀ ਬਿਲਕੁਲ ਇੱਕ ਢਾਉਣ ਵਾਲੇ ਸੀ ਹਲਾਸ਼ਰੀ ਦੇ ਕੇ ਉਹ ਲੋਕ ਦੁਰਗਾ ਦਾ ਕਿਤਾਬ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਉਹ ਸਾਰੀ ਗੱਲ ਕਰ ਰਹੇ ਆ ਉਹ ਮਤਲਬ ਜਿਹੜੀ ਵੀ ਇਹ ਹਿੰਦੂਤਵ ਹਮ ਹੈਗੀ ਆ ਰਿਜਨਲ ਜਿਨ੍ਹਾਂ ਦੇ ਅੰਦਰ ਨਫ਼ਰਤ ਭਰੀ ਹੋਈ ਆ ਉਹ ਉਹ ਲੋਕ ਕਿਹੜੇ ਹੈਗੇ ਆ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣਾ ਚਾਹੁੰਦੇ ਸੀ ੱੱ ਜਿਹੜੇ ਨਾਨਕ ਮਤਾ ਸਾਹਿਬ ਗੁਰੂ ਗੁਰੂ ਨਾਨਕ ਸਾਹਿਬ ਨਾਲ ਸੱਦ ਗੋਸ਼ਟ ਦੇ ਟਾਈਮ ਦੇ ਉੱਤੇ ਗੁਰੂ ਨਾਨਕ ਸਾਹਿਬ ਨੂੰ ਹਰਉਣਾ ਚਾਹੁੰਦੇ ਸੀ ਹਰੇ ਨਹੀਂ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਮੂੰਹ ਦੀ ਖਵਾਈ ਹੂੰ ਮੁੱਦੜੇ ਮੂੰਹ ਛਟਿਆ ਉਹ ਲੋਕ ਜਿਹੜੇ ਸੂਰਜ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵੱਲ ਨੂੰ ਪਾਣੀ ਛੱਟ ਕੇ ਉਹਨਾਂ ਦੀ ਜਿਹੜੀ ਮੈਂ ਕਹੂੰਗਾ ਵੀ ਮੰਜੀ ਪੰਜਾਬੀ ਚ ਕਹਿੰਦੇ ਆ ਠੀਕ ਕੀਤੀ ਹੁਣ ਮੈਂ ਦੂਜੇ ਸ਼ਬਦ ਤੇ ਨਾ ਵਰਤਾ ਮੈਂ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਕਹਿ ਰਿਹਾ ਸੀ ਵੀ ਮੋਦੀ ਭਗਤ ਇਹ ਗੱਲ ਕਹਿੰਦੇ ਵੀ RAM ਰਾਜ ਸ਼ੁਰੂ ਹੋ ਗਿਆ ਸ਼ੁਰੂਆਤ ਹੋ ਗਈ RAM ਰਾਜ ਕਿਹੜਾ RAM ਰਾਜ ਉੱਥੇ ਲੋਕ ਤੜਫਣਦੇ ਆ ਤੁਸੀਂ ਕਿੰਨੀਆਂ ਵੀਡੀਓ ਵੇਖਦੇ ਕਿੰਨੇ ਘਰ ਟਾਏ ਆ ਕੀ ਕੁਝ ਕੀਤਾ ਤੇ ਫਿਰ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਕਿ 3 ਕਿਲੋਮੀਟਰ ਜਿਹੜੀ ਮਸਜਦ ਬਾਬਰੀ ਮਸਜਦ ਵਾਲਾ ਢਾਂਚਾ ਪਹਿਲਾਂ ਤੇ ਕਿਸੇ ਦਾ ਘਰ ਟਾ ਕੇ ਆਪਦਾ ਘਰ ਬਣਾਉਣਾ ਕਿੱਡੀ ਸੂਰਮਗਤੀ ਆ ਬਿਲਕੁਲ ਜੀ ਤੇ ਫਿਰ ਬਣਾਉਣਾ ਵੀ 3 ਕਿਲੋਮੀਟਰ ਦੂਰ ਤੇ ਆ ਤੇ ਜੇ ਇਹੀ ਕੰਮ ਕਰਨਾ ਹੀ ਫਿਰ ਉਹਨਾਂ ਦਾ ਧਰਮ ਦੀ ਆਸਤਾ ਨੂੰ ਢਾਉਣ ਦਾ ਕੀ ਫਾਇਦਾ RAM ਦਾ ਰਾਜ ਹੂੰ ਕਹਿਣਾ ਸੋਖਾ ਉਹ ਹੋਣਾ ਨਹੀਂ ਹੈਗਾ ਇਹਨਾਂ ਕੋ ਹੂੰ 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 RAM ਦਾ ਰਾਜ ਸ਼ੇਰੇ ਪੰਜਾਬ ਅਰ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਉਹੀ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕਾਲ ਵੇਲੇ ਸੀ ਜਿਹਨੂੰ RAM ਰਾਜ ਉਹਨਾਂ ਵਾਲਾ RAM ਰਾਜ ਨਹੀਂ ਉਹਨਾਂ ਵਾਲਾ RAM ਨਹੀਂ ਪਰਮੇਸ਼ਰ ਵਾਲਾ RAM ਪਰਮੇਸ਼ਰ ਰੂਪੀ RAM ਦੇ ਰਾਜ ਦੀਆਂ ਗੱਲਾਂ ਜਿੱਦੇ ਚ ਸਾਰਿਆਂ ਨਾਲ ਬਰਾਬਰਤਾ ਹੋਵੇ ਇਹ ਤਾਂ ਫਿਰ ਆਪਦੇ RAM ਦੀ ਵੀ ਤੋਹੀਨ ਕਰਾ ਰਹੇ ਆ ਇਹ ਤਾਂ ਆ ਆਪਣਾ ਕਿਹੜਾ ਸੀਗਾ ਤੁਹਾਡਾ ਪਿੱਛੇ ਹੋਇਆ ਪਿੱਛੇ ਲੜਕੀਆਂ ਦਾ ਉਥੇ ਕਿੰਨਾ ਨੰਗਿਆ ਕਰ ਆ ਨੰਗਿਆ ਕਰ ਕਰਕੇ ਕਮਾਇਆ ਆ ਸ਼ਾਮ ਚ ਹੋਇਆ ਸੀ ਤੇ ਕਿੰਨਾ ਕੁਝ ਹੁੰਦਾ ਦੇਸ਼ ਵਿੱਚ ਕਿੱਥੋਂ ਕਿੱਥੋਂ ਆਉਂਦੇ ਇੱਕ ਇੱਕ ਬੱਚੀ ਨੂੰ ਨੰਗਿਆਂ ਕਰਕੇ ਉਹਦੇ ਗੁਪਤੰਗ ਚ ਲੱਕੜੀਆਂ ਤੱਕ ਤੁਨ ਤਨ ਰਹਿਆ RAM RAJ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਹੂੰ ਮਤਲਬ ਇਹ ਕਹਿਣ ਨੂੰ RAM RAJ ਕਹੀ ਜਾਂਦੇ ਆ ਪਰ RAM RAJ ਵਾਲੀ ਗੱਲ ਕੋਈ ਦਿਸਦੀ ਨਹੀਂ ਹੈਗੀ ਇਹ ਵਧੀ ਕੀ ਕਰ ਰਿਹਾ ਆ ਥੋੜੇ ਦਿਨ ਹੋਇਆ ਇੱਥੇ ਨਿੱਕੀ ਜੀ ਗੱਲ ਸੀ ਚੰਡੀਗੜ੍ਹ ਇਲੈਕਸ਼ਨ ਹੋਈ ਆ ਉਹ RAM RAJ ਸੀਗਾ ਅੱਠ ਬੰਦਿਆਂ ਨੂੰ ਕਹਿੰਦੇ ਵੋਟ ਨਹੀਂ ਪਾਉਣੀ ਆਉਂਦੀ ਅੱਠ ਕੈਨਸਲ ਹੀ ਕਰ ਦੋ ਉਹੀ ਉਹ RAM RAJ ਆ ਇਹ ਇਹ ਤਾਂ ਟ੍ਰੇਲਰ ਦਿਖਾ ਰਿਆ ਹਜੇ ਆਉਣ ਵਾਲੇ ਦਿਨਾਂ ਚ ਪਤਾ ਨਹੀਂ ਇਹ ਕੀ ਕੁਝ ਕਰਨਗੇ ਹੂੰ ਇਹ ਇਹ ਇਸ ਕਰਕੇ ਸਾਡੇ ਜਿਹੜੇ ਗਮਰਾਹ ਹੋਏ ਵੀਰਾਂ ਜਾਂ ਲਾਲਚਵਾਸ ਹੋਏ ਵੀਰਾਂ ਉਹਨਾਂ ਨੂੰ ਠੰਡੇ ਪਾਣੀ ਚ ਨਹਾ ਕੇ ਸੋਚਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ ਜੇ ਤੀਜੀ ਵਾਰੀ ਮੋਦੀ ਸਾਹਿਬ ਬਣਦੇ ਹੈ ਹਾਂਜੀ ਇਹ ਮੋਦੀ ਸਾਹਿਬ ਨੇ ਕਹੀਏ ਮੋਦੀ ਕਹੀਏ ਜੇ ਤੀਜੀ ਵਾਰੀ ਕੇਂਦਰ ਚ ਬਣ ਜਾਂਦੇ ਹੈਗੇ ਕਿ ਮਨੂ ਸਮਰਤੀ ਜਿਹੜੀ ਇਹਨਾਂ ਨੇ ਬਣਾਈ ਸੀਗੀ ਉਹ ਲਾਗੂ ਹੋ ਜਾਏਗੀ ਤੇ ਉਹ ਕਰਨਾ ਹੀ ਉਹਨਾਂ ਨੇ ਉਹ ਮੰਨੂ <laughs> RAM RAJ ਤੇ ਇੱਕ ਨਾਂ ਹੀ ਆ ਅਸਲ ਤੇ ਮੰਨੂ ਸਿਮਰਤੀ ਦੀ ਗੱਲ ਆ ਗੱਲ ਉਹ ਆ ਯਾਰ ਮੰਨੂ ਸਿਮਰਤੀ ਨੂੰ ਮੰਨੂ ਸਿਮਰਤੀ ਨੂੰ ਇਹ RAM RAJ ਕਹਿ ਰਿਹਾ ਤੇ ਮੰਨੂ ਸਿਮਰਤੀ ਦਾ ਜਿੱਡੇ ਪੱਦਰ ਵੱਡੇ ਪੱਦਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਤੱਕ ਵਿਰੋਧ ਹੋਇਆ ਉਹਨਾਂ ਕਿਸੇ ਨੇ ਨਹੀਂ ਕੀਤਾ ਅਸੀਂ ਤਾਂ ਆਪਣੇ ਕਲੋ ਸਿੰਘਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਆ ਸਾਰਾ ਕੁਝ ਕੀਤਾ ਇਹ ਮੰਨੂ ਸਿਮਰਤੀ ਦੀ ਸਾਰੀ ਦੇਣ ਸੀਗੀ ਮੰਨੂ ਸਿਮਰਤੀ ਤੇ ਸਲਾਮ ਦੇ ਜਿਹੜੇ اسلام ਤੋਂ ਭਟਕੇ ਹੋਏ ਲੋਕ ਇਹਨਾਂ ਜਿੰਨੀ ਵਿਰੋਧਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ ਇਸ ਘਰ ਨੂੰ ਇਹਨਾਂ ਦੀਆਂ ਇਹਨਾਂ ਪਿਛਲਕੀ ਰੀਤਾਂ ਦੀ ਕਰਨੀ ਪਈ ਆ ਜਿੰਨਾ ਇਹਨਾਂ ਸਿੱਖ ਕੌਮ ਨੇ ਜਿੰਨਾ ਇਸ ਮੰਨੂਵਾਦੀ ਦੇ ਨਾਲ ਲੜਾਈ ਲੜੀ ਆ ਉਨੀ ਹੋਰ ਲੜ ਕੌਣ ਸਕਦਾ ਆ ਤੇ ਇਹ ਇਸ ਇਹ ਜਿਹੜਾ ਇਹ ਸਾਡੇ ਕੁਝ ਲੋਕਾਂ ਤੇ RAM RAJ ਦਾ ਭੂਤਸਵਾਰ ਹੋਇਆ ਉਹ ਇਹ ਤਿਆਰ ਰਹਿਣ ਵੀ ਮੰਨੂਵਾਦੀ ਜਦੋਂ ਮੰਨੂਵਾਦੀ ਗੱਲ ਆਈ ਤੇ ਫਿਰ ਤੁਹਾਡੇ ਕੰਨਾਂ 'ਚ ਢਾਲ ਕੇ ਸਿੱਕੇ ਵੀ ਪਾਏ ਜਾਣਗੇ ਫਿਰ ਤੁਹਾਡੇ ਗੁਰਦੁਆਰਿਆਂ ਦੀਆਂ ਵਾਜਾਂ ਵੀ ਬੰਦ ਕੀਤੀਆਂ ਜਾਣਗੀਆਂ ਫਿਰ ਤੁਸੀਂ ਸਟੇਜਾਂ ਤੇ ਬਹਿ ਕੇ ਤੇ ਇਦਾਂ ਪੋਚ-ਪੋਚ ਕੇ ਗੱਲਾਂ ਨਹੀਂ ਕਰ ਸਕੋਗੇ ਅਗਲੇ ਅੱਜ ਹੀ ਤੁਹਾਨੂੰ ਕਹਿ ਰਹੇ ਆ ਵੀ ਗੁਰਦੁਆਰੀ ਨਸੂਰ ਆ ਹਾਜੇ ਹਾਜੇ RAMRAJ ਲੱਖੂ ਨਹੀਂ ਹੋਇਆ ਕਿੰਦੇ ਦਰਬਾਰ ਸਾਹਿਬ ਦਾ ਜੁਦਿਆ ਸੋਹੋ ਦਰਬਾਰ ਸਾਹਿਬ ਅਗਲੇ ਅਗਲੇ ਬਹੁਤ ਕੋਸ਼ਾ ਉਹ ਆ ਇਹਨੂੰ ਹਰੀਦਾ ਮੰਦਿਰ ਹੀ ਕਹਿੰਦੇ ਆ ਦਰਬਾਰ ਸਾਹਿਬ ਤੇ ਅਸੀਂ ਕਹਿੰਦੇ ਆ ਨਾ ਉਹ ਹਰੀਦਾ ਮੰਦਿਰ ਕਹਿੰਦੇ ਆ ਵੀ ਸਾਡਾ ਮੰਦਿਰ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਉਸ ਬਹੁਤ ਕੋਸ਼ ਸੋਚਣਾ ਬਣਦਾ ਆ ਸਾਨੂੰ ਅਤੀ ਆਪਣੇ ਗੁਰੂ ਸਾਹਿਬ ਦੀ ਬਾਣੀ ਨੂੰ ਪੜਨਾ ਸੁਣਿਆ ਮੰਨਿਆ ਮਨ ਕੀਤਾ ਪਾਓ ਸਾਨੂੰ ਸੁਣਨਾ ਚਾਹੀਦਾ ਆ ਕੱਲਾ ਸੁਣੋਣਾ ਨਹੀਂ ਚਾਹੀਦਾ ਸਾਨੂੰ ਕਿਤੇ ਬਹਿ ਕੇ ਸੁਣ ਲੈਣਾ ਚਾਹੀਦਾ ਆ ਕਿ ਗੁਰੂ ਕਰਨਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਕੀ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਸ ਮੱਲਾਓ ਫੇਰ ਸਾਡਾ ਜਿਹੜਾ ਭਲਾ ਹੋਣਾ ਆ ਨਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਨਿਆਰੇ ਪੰਥ ਨੂੰ ਬਖੇੜਿਆਂ ਦੇ ਰਾਹ ਤੋੜ ਰਹੇ ਆ ਇਹੋ ਜਿਹਿਆਂ ਮਨ ਘਟ ਤਸਬੀਜਾਂ ਦੇ ਕੇ ਬਿਲਕੁਲ ਜੀ ਸੋ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਕਿਸੇ ਪ੍ਰਚਾਰਕ ਦਾ ਵਿਰੋਧੀ ਨਹੀਂ ਹੈਗਾ ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਹੈਗਾ ਹਿੰਦੂ ਮੁਸਲਮਾਨ ਆਪਸ ਵਿੱਚ ਹੈ ਭਾਈ ਭਾਈ ਸੋ ਜਿਹੜੇ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਸਖਜੀਤ ਸਿੰਘ ਖੋਸੇ ਹੈਗੇ ਨੇ ਪੰਜਾਬ ਪ੍ਰਧਾਨ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਹੈਗੀ ਹੈ ਭਾਈ ਸਾਹਿਬ ਨਾਲ ਇਸ ਤੇ ਤੁਸੀਂ ਆਪਣੇ ਵਿਚਾਰ ਵੀ ਦੇਣੇ ਨੇ ਇਸ ਤੇ ਤੁਸੀਂ ਆਪਣੇ ਕਮੈਂਟ ਲਾਈਕ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਨਾ ਹੈ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਅੱਜ ਕੌਮ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਔਰ ਮੇਰੇ ਨਾਲ ਸਾਥ ਦਿੱਤਾ ਹੈ ਕੈਮਰਾਮੈਨ ਸਹਿਯੋਗੀ ਯੂਸਫ ਨੇ ਸੋ ਬਾਬਾ ਜੀ ਅੱਜ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡੀ ਸਮੁੱਚੀ ਟੀਮ ਦਾ ਸਾਡਾ ਵੀ ਜਿਹੜਾ ਇੱਥੋਂ ਬੋਲਣ ਦਾ ਕਿਸੇ ਦਾ ਦਿਲ ਦਿਖਾਉਣਾ ਮਤਲਬ ਨਹੀਂ ਹੈ ਪਰੰਤੂ ਸਾਡੀ ਇਹ ਗੱਲ ਹੈ ਤੁਮ ਕੋ ਤੇ ਮਾਰਾ ਖੂਬ ਹਮ ਕੋ ਹਮਾਰਾ ਖੂਬ ਹਿੰਦੂ ਨੂੰ ਹਿੰਦੂ ਦਾ ਧਰਮ ਮੁਬਾਰਕ ਮੁਸਲਮਾਨ ਵੀਰ ਨੂੰ ਮੁਸਲਮਾਨ ਵੀਰ ਦਾ ਧਰਮ ਮੁਬਾਰਕ ਅਸੀਂ ਸਿੱਖਾਂ ਬਿਲਕੁਲ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹੇ ਮੈਂ ਉਸਕਾ ਤੇਰਾ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ